ਉਹਦਾ ਹੋਰ ਲੁਤਫ ਆਉਣਾ ਹੈ ਵੱਡਾ ਚੰਗਾ ਕਿਤਾਇਓ ਜਿਹੜਾ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਤੁਸੀਂ ਜਸ਼ਨ ਨਹੀਂ ਨਾ ਮਨਾਈ ਬੈਠੇ ਤੁਸੀਂ ਜਸ਼ਨ ਦੇ ਮਾਹੌਲ ਹੀ ਨਹੀਂ ਬੈਠੇ ਹੈ ਵੱਡਾ ਚੰਗਾ ਕਿਤਾਇਓ ਜਸ਼ਨ ਮਨਾਇਆ ਚੰਗਾ ਕਿਤਾਇਓ ਵੱਡਾ ਚੰਗਾ ਕਿਤਾਇਓ ਜਿਹੜਾ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਵੱਡਾ ਚੰਗਾ ਕਿਤਾਇਓ ਜਿਹੜਾ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਵੱਡਾ ਚੰਗਾ ਕਿਤਾਇਓ ਜਿਹੜਾ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਵੱਡਾ ਚੰਗਾ ਕਿਤਾਇਓ ਜਿਹੜਾ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਜਿਹੜਾ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਦੂਏ ਨਾ ਸਹੀ ਜ਼ਾਕਿਰ ਦਾ ਰੋਜ਼ ਮਰਾ ਜਿਹੜਾ ਸਫ਼ਰ ਕਰਦੇ ਨਾ ਜਿਹੜੀ ਆ ਮੁਲਤਾਨ ਵਾਲੀ ਮੋਟਰ ਵੇ ਜਿਹੜੇ ਬੰਦਾ ਮੁਲਤਾਨ ਨੂੰ ਨਿਕਲਦਾ ਹੈ ਹਿੱਕਾ ਮੋਟਰ ਵੇ ਪੀਰ ਮਹਲ ਕੋਲ ਦੋ ਹੋ ਗਈ ਹੈ ਇੱਕ ਲਾਹੌਰ ਚਲੀ ਗਈ ਇੱਕ ਫੈਸਲਾਬਾਦ ਜਿਹੜੀ ਮੇਰੇ ਕਸੀਦੇ ਦੀ ਮੋਟਰ ਵੇ ਇਹਨੇ ਵੀ ਚੇਂਜ ਹੋਣਾ ਹੈ ਜ਼ਰਾ ਲੁਤਫ ਲੈਣਾ ਦੋਹੇ ਸਹੀ ਤਕਸੀਮ ਹੋ ਗਏ ਇਹ ਵੱਡਾ ਚੰਗਾ ਵੱਡਾ ਚੰਗਾ ਹੱਥ ਖੋਲ ਬੋ ਵੱਡਾ ਚੰਗਾ ਜਸ਼ਨ ਮਨਾਇਆ ਵੱਡਾ ਚੰਗਾ ਆਪਣੇ ਆਪ ਨੂੰ ਜਸ਼ਨੀ ਮਾਹੌਲ ਚ ਪਾ ਕੇ ਨਾ ਚੰਗਾ ਕਿਤਾਇਓ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਵੱਡਾ ਚੰਗਾ ਕਿਤਾਇਓ ਜਸ਼ਨ ਮਨਾਇਆ ਵੱਡਾ ਚੰਗਾ ਕਿਤਾਇਓ ਵੱਡਾ ਚੰਗਾ ਕਿਤਾਇਓ ਤਵੱਜੋ ਜਸ਼ਨ ਮਨਾਇਆ ਵੱਡਾ ਚੰਗਾ ਨਾ ਕਹਿੰਦੀ ਯਾਰੇ ਖੁਸ਼ਾਮਦ ਅੱਜ ਹੈ ਮੌਲਾ ਰਜ਼ਾ ਆਮਦ ਹੈ ਜਿਹੜਾ ਮੌਲਾ ਦੇ ਨਾਂ ਦਾ ਲੰਗਰ ਪਕਾਇਆ ਵੱਡਾ ਚੰਗਾ ਉਹ ਜਿਹੜਾ ਮੌਲਾ ਦੇ ਨਾਂ ਲੰਗਰ ਪਕਾਇਆ ਵੱਡਾ ਚੰਗਾ ਉਹ ਵੱਡਾ ਚੰਗਾ ਕਿਤੇ ਕਿਵੇਂ ਮੁਫਤ ਜਸ਼ਨ ਕਾ ਸੁਣਾਣਾ ਕੋਸ਼ਿਸ਼ ਕਰ ਬਹੁਤ ਜੀਓ ਸ਼ਾਹ ਜੀ ਤੁਹਾਡੀ ਜ਼ਿੰਦਗੀ ਤੁਸੀਂ ਬਹੁਤ ਪੱਕੇ ਪੀੜੇ ਸੰਜੀਦਾ ਲੱਗ ਕੇ ਰਹੋ ਤੁਹਾਡੀ ਜ਼ਿੰਦਗੀ ਹੋਵੇ ਇੱਕ ਵਾਰੀ ਮੁੜ ਸੁਣ ਲਓ ਵੇਖੋ ਨਾ ਕੋਈ ਚੰਗਾ ਕਰੇ ਇਹ ਖੁਸ਼ਾਮਦ ਨਹੀਂ ਬਣਦੀ ਵੀ ਉਹਦੀ ਚੰਗਿਆਈ ਨੂੰ ਸਲਾਹਿਆ ਜਾਏ ਖੁਸ਼ਾਮਦ ਉਹ ਬਣਦੀ ਕਿ ਇੱਕ ਬੰਦੇ 'ਚੋਂ ਕੁਆਲਿਟੀ ਨਾ ਹੋਵੇ ਅਤੇ ਅਖੀਵੇ ਤੇਰੇ 'ਚ ਕੁਆਲਿਟੀ ਹੈ ਫਿਰ ਖੁਸ਼ਾਮਦ ਹੈ ਵੱਡਾ ਚੰਗਾ ਵੱਡਾ ਚੰਗਾ ਵੱਡਾ ਚੰਗਾ ਇਹ ਅਸਾਂ ਜ਼ਾਕਰਨ ਦੇ ਪੇਸ਼ ਪੇਸ਼ ਜਿਹੜਾ ਹੈ ਨਾ ਉਹ ਸਾਬਿਰ ਹੈ ਸਾਬਿਰ ਮਗਰ ਉਹਦੇ ਮੁਆਵਨ ਮੁਮਨੀਨ ਵੀ ਹੈ ਮੁਆਵਨ ਫਿਰਾ ਵੀ ਹੈ ਨਾ ਵੱਡਾ ਚੰਗਾ ਲੰਗਰ ਪਕਾਇਆ ਵੱਡਾ ਚੰਗਾ ਜਿਹੜਾ ਮਲਦ ਨਾ ਲੰਗਰ ਪਕਾਇਆ ਵੱਡਾ ਚੰਗਾ ਵੱਡਾ
ਚੰਗਾ ਮੈਂ ਆਪਣੀ ਸ਼ਾਇਰੀ ਵਿੱਚ ਤਾਰੀਖੀ ਲਿਹਾਜ਼ ਨਾਲ ਕਾ ਕੇ ਕੀ ਦੀ ਕਦੀ ਗਲਤੀ ਨਹੀਂ ਹੋਣ ਦਿੱਤੀ ਪੂਰੀ ਤਵਜੋ ਬਿਸਮਿਲ੍ਲਾਹ ਕਰ ਨਾ ਜੋ ਅਲੀ ਏ ਰਜ਼ਾ ਕਿਉਂ ਛੱਡਿਆ ਵੈਂਦਾ ਸ਼ਾਲਾ ਮੈਂ ਸਮਝਾ ਸਕਦਾ ਨਾ ਜੋ ਅਲੀ ਹੈ ਰਜ਼ਾ ਕਿਉਂ ਛੱਡਿਆ ਵੈਂਦਾ ਹੁਣ ਇਹਦੀ ਇਸ਼ਾਰਾ ਅਗਰ ਮੈਂ ਨਸਰ ਚ ਕਰਾਂ ਤਾਂ ਵੀ ਲੁਤਫ ਹੈ ਉਹ ਪੜਦਾ ਸਮੁੰਦਰ ਹੈ ਤੇ ਹੁਣ ਸਮੁੰਦਰ ਨੂੰ ਬੰਦ ਕਰਨਾ ਕੂਰੇ ਚ ਹੁਣ ਸ਼ਾਹ ਜੀ ਤੁਹਾਨੂੰ ਸ਼ੇਰ ਸੁਣਾ ਬਣਾ ਜੋ ਰਜ਼ਾ ਹੈ ਕਿਉਂ ਹੁਣ ਪੂਰੀ ਤਵੱਜਾ ਫਾਈ ਜਾਣ ਸਰਕਾਰ ਨੂੰ ਰਤਬਾ ਨਾ ਹਮ ਐਲੀ ਤਲਕਾ ਦੇਖਿਆ ਹੋਇਆ ਲੱਕਾ ਬੇਰਜ਼ਾ ਹੋਇਆ ਮੈਂ ਆਪਣੇ ਪਰ ਯਾਰ ਮੈਂ ਪਹਿਲੇ ਅਰਜ਼ ਕੀਤਾ ਹੈ ਕਿਉਂਕਿ ਤੈਂ ਜਸ਼ਨ ਜੋ ਨਹੀਂ ਮਨਾਇਆ ਤੇਰੇ ਮਾਇੰਡ ਚ ਹੋਰ ਆ ਰਿਹਾ ਤਦਾਰ ਆਈਏ ਸਾਬਿਰ ਨੇ ਜਿੱਤ ਲਈ ਬਾਜ਼ੀ ਏ ਤੇਥੇ ਮੌਲਾ ਰਜ਼ਾ ਅੱਜ ਰਾਜ਼ੀ ਏ ਭਾਵੇਂ ਇਤਫਾਕ ਹੀ ਬਣਿਆ ਜਿਹੜਾ ਮੌਲਾ ਰਜ਼ਾ ਦਾ ਆਵਣ ਸੁਹਾਇਆ ਵੱਡਾ ਚੰਗਾ ਕੀਤਾ ਹੈ ਲਓ ਜੀ ਮੈਂ ਤੇਰੇ ਵੇਖਣਾ ਇਮਾਮ ਰਜ਼ਾ ਆਪਣੀ ਜ਼ਹਿਰੀ ਜ਼ਿੰਦਗੀ ਵਿੱਚ ਉਹ ਖਾਣਾ ਖਾਧਾ ਹੀ ਨਹੀਂ ਜਿਸ ਵਿੱਚ ਗਰੀਬ ਸ਼ਾਮਿਲ ਨਹੀਂ ਹੋਇਆ ਉਹ ਖਾਣਾ ਖਾਧਾ ਹੀ ਨਹੀਂ ਜਿਸ ਵਿੱਚ ਗਰੀਬ ਸ਼ਾਮਿਲ ਨਹੀਂ ਹੋਇਆ ਆਪਣੇ ਨੌਕਰ ਜਿਹੜੇ ਹਨ ਨਾ ਉਹਨਾਂ ਨੂੰ ਤਾਂ ਨਾ ਰਲੇ ਪੈਂਦੇ ਹਨ ਸੁਣਦੇ ਪਏ ਖਾਨ ਨੂੰ ਤੇ ਖਾਨ ਕੀ ਕਰਦੇ ਨੇ ਭਲਾ ਖਾਨ ਇੱਥੋਂ ਫੱਦੇ ਨੇ ਦੁਆ ਦਾ ਇਹਨੂੰ ਅਗੇਰੇ ਛੋੜ ਆ ਅਗੇਰੇ ਰੱਖਣਾ ਹੈ ਅਗੇਰੇ ਸਮਝਦੇ ਹੋ ਨਾ ਤੇ ਅਗਾਂ ਛੋੜ ਆ ਮੇਰੇ ਮੌਲਾ ਦਾ ਹਮੇਸ਼ਾ ਦਾ ਮਾਮੂਲ ਇੱਕ ਨਵਾਂ ਗਰੀਬ ਤੇ ਫਕੀਰ ਆਇਆ ਉਸ ਜੋ ਹਾਲਤ ਦਿੱਤੀ ਖਾਣਾ ਖਾ ਲਏ ਉਸ ਰਜ਼ਾ ਦੇ ਪੇਰਾਂ ਤੇ ਹੱਥ ਰੱਖੇ ਉਸ ਖਾਣਾ ਖਾ ਕੇ ਨਾ ਮੇਰੇ ਮੌਲਾ ਦੇ ਪੇਰਾਂ ਤੇ ਹੱਥ ਰੱਖੇ ਉਸ ਆਦਾ ਸਾਥੋਂ ਨਫ਼ਰਤ ਸ਼ਾਮ ਕਰਦੇ ਲੋਗ ਵਡੇਰੇ ਹਨ ਸਤ ਨਫ਼ਰਤ ਸ਼ਾਮ ਸਵੇਰੇ ਹਨ ਸਤ ਨਫ਼ਰਤ ਸ਼ਾਮ
ਸਾਨੂੰ ਛੋੜ ਆਂਦੇ ਚੰਮਾ ਨੇ ਅੱਗੇ ਵੇ ਹੁਣ ਵਿਖਿਆ ਚੰਗਾ ਚੰਗਾ ਲਓ ਜੀ ਮੋਟਰ ਵੀ ਅਸੀਂ ਤਾਂ ਮੈਂ ਤਕਰੀਬਨ ਇੱਕੋ ਪੜਸਾਂ ਲਫ਼ਜ਼ ਵੱਡਾ ਚੰਗਾ ਕੀਤਾ ਜੀ ਵੱਡਾ ਤੇ ਜੋ ਇਹ ਇੱਕ ਕਸੀਦਾ ਹੋਵੇ ਡੇਢ ਘੰਟੇ ਤੇ ਤਾਂ ਮੁੜ ਕੀ ਕਰ ਸੇ ਵੱਡਾ ਇਹ ਵੀ ਵੱਡਾ ਚੰਗਾ ਕੀਤਾ ਵੱਡਾ ਸ਼ਾਹ ਜੀ ਵਿਖਿਆ ਕਿ ਬੰਦਾ ਹੁਣ ਪਹਿਲਾ ਅਲੀ ਇਹ ਆਈ ਤੀਸਰਾ ਅਲੀ ਠੀਕ ਹੈ ਨਾ ਹੁਣ ਮੋਟਰ ਵੀ ਦੋ ਹਿੱਸੇ ਪੇ ਬਣਦੇ ਮੈਂ ਪਹਿਲੇ ਅਰਜ਼ ਕੀਤਾ ਅਲੀ ਦੀ ਅੰਮੀ ਆਪਣੀ ਮਰਜ਼ੀ ਨਾਲ ਕਾਬੇ ਨਹੀਂ ਆਈ ਅਲਾਮਾ ਦਰਬੰਦੀ ਅਲਾਮਾ ਰੌਂਦੀ ਅਲਾਮਾ ਅਰਬਲੀ ਅਬਦੁਰਮਾਨ ਜਾਮੀ ਵਹੀਦੋ ਜ਼ਮਾਨ ਇਹਨਾਂ ਸਾਰਿਆਂ ਲਿਖਿਆ ਕਿ ਬੀਬੀ ਆਲਮਾ ਗੈਰੇ ਮੁਅਲਮਾ ਹਾਈ ਬੀਬੀ ਨੂੰ ਪਤਾ ਹਾ ਇਸ ਹਾਲਤ 'ਚ ਮੈਂ ਕਾਬੇ ਨਹੀਂ ਜਾਣਾ ਜਬਰੀਲ ਆ ਗਿਆ ਹੁਣ ਜਿਹਨਾਂ ਕਿਤਾਬ ਪੜ੍ਹੀਏ ਵਿਲਾਦਤ ਅਲੀ ਦੀ ਜਿਹਨਾਂ ਕਿਤਾਬ ਪੜ੍ਹੀਏ ਅਤੇ ਜਿਹਨੇ ਟੁੱਲੇਬਾਜ਼ੀ ਸਿੱਖੀ ਉਹਦਾ ਮੈਂ ਜ਼ਿੰਮੇਵਾਰ ਨਹੀਂ ਜਬਰੀਲ ਸਾਹਮਣੇ ਆ ਗਿਆ ਆਦਾ ਅਖਨੀ ਸਖੁਦਾ ਹੈ ਦਰਦੀ ਅੱਲਾ ਚਾਹੁੰਦਾ ਹੈ ਕਾਫੇ ਵਿੱਚ ਆ ਅਖਨੀ ਸਖੁਦਾ ਮੇਰੇ ਰੱਬ ਮੁਸ਼ਕਲ ਤੈਨੂੰ ਵਾਸਤਾ ਬਾਨੀਏ ਵੇ ਗੰਮ ਦਰਵਿਆ ਇਹ ਕਿਤਾਬ ਪੜ੍ਹੀਂਦੀ ਪਈ ਤੈਨੂੰ ਵਾਸਤਾ ਬਾਨੀਏ ਸਿੱਕਾਮਤ ਮੇਰੀ ਅੰਮਾ ਜੀ ਤੋਂ ਨਾ ਘਬਰਾ ਜਾਗ ਕੇ ਬੈਠੋ ਫਰਮਾਇਆ ਵੱਡਾ ਚੰਗਾ ਸਫ਼ਰ ਨਹੀਂ ਪੇ ਕਰਦੇ ਤੀਸਰੇ ਰੋਜ਼ ਤਵੱਜਾ ਸ਼ਾਹ ਜੀ ਦੁਆ ਦੇ ਸੋ ਬਹੁਤ ਦੁਆ ਦੇ ਸੋ ਦੋਵੇਂ ਸੱਯਦ ਅਤੇ ਸੰਜੀਦਾ ਸੱਯਦ ਪਾਕ ਨਬੀ ਆ ਗਏ ਤੀਸਰੇ ਰੋਜ਼ ਅਲੀ ਨੂੰ ਹੱਥਾਂ 'ਤੇ ਚਾਹਿਆ ਨਾ ਫਾਤਮਾ ਬਿੰਤ ਅਸਦ ਸ਼ਿਕਾਇਤ ਕੀਤੀ ਇਹਨੇ ਦੁੱਧ ਨਹੀਂ ਪੀਤਾ ਇਹਨੇ ਅੱਖ ਨਹੀਂ ਖੋਲ੍ਹੀ ਇਹ ਰੋਣਾ ਨਹੀਂ ਮੈਂ ਪਰੇਸ਼ਾਨ ਹਾਂ
पाक नबी आखदे ने या इली तेरी अम्मी परेशान, जिन्हें बैठे हो जिथे बैठे हो मदर वेख के शेर सुनना है। ये शेर लिख के मैं कोई दह थापड़े ही अपने आप न मारे। शाहजी से रखा है क्योंकि ऐसी चीज है ही नसर चाहिए उलमा ने पेश की थी, कसीदे च नहीं आई। उधर पैदल वेखना क्यों या इली तेरी अम्मी परेशान, क्यों परेशान तुरुना नहीं सरदार में रोवना तो उन्हीं कोई ना। मैंने पता लग गया मेरी अम्मी मेरा बुलारा सुनना चाहती है, मेरा आवाज सुनना चाहती, हाँ सुनना चाहती। लो जी मैं अम्मी की परेशानी दूर कर देना, मैं बोल पाना सरदार जी मैं हूं बोलता पिया तौरात पढ़ा या ज़बूर पढ़ा। और फिर वड्डा चंगा कीता इहदा निभाई वेखना है। तौरात पढ़ाया ज़बूर पढ़ाया जो कुछ आखो मैं हजूर पढ़ाया, तौरात पढ़ाया ज़बूर पढ़ाया जो कुछ आखो मैं हजूर पढ़ाया, अंजील पढ़ा सहीफे या कुरान दी सूरह नूर पढ़ा। चंगा परे लब हलाए वड़ा चंगा, वड़ा चंगा कीते। पर मोमन याद करे दिन तेरी फरमाइश बाद चोई जिंदगी बाकी लुत्फ लेना भाई जान। क्योंकि वेखो ना यह छोटी जी दुकान से तुम जाओ ना तो पहले लिखे होंगे कि कैमरे की आंख आपको देख रहे, जेड़ा ये कैमरा लगो है आम अख नहीं अख मादी दी। क्या जी ये फरमाइश कसीदा है, मैं एक मेहनत पंजाबी में अखीर किया है कि मुहावरा नमाज शायरी बड़ी मुश्किल है। एक मुहावरा है ना मैं सौ गज रस्सी सिरे ते गज, ये मैं कसीदा लिखा तो पहले ही नोते के चाह के पढ़िया कि सौ गज रस्सी गट है अखीर ते जन्नत दी गल है भी बुकड़ी अमीर ते। फुले फुले होसेन माइया माइया होसेन, ये साडा मुहावरा है चन्हा दा फुले फुले माइया माइया। यंग जनरेशन समझ नहीं आनी, हूँ तो त्राए टाइम टुकुर पकदा है, जदा साडा पुराना जमाना आटा थोड़ा होंदा सुबह एक नाश्ते दी रोटी दोपहरिया सा मकई चावनी उन्होंने भुनावना चटनी ते जेड़ा दाना चंगा होवना उस फुला बन मजना, जेड़ा भेड़ होना उस माई बन जावना। इदे फुला इदे माई हो सी इदे फुला इदे फुला इदे माई हो सी धारे जदा महाद जी शाही हो हर घर अल्लाह शायर के लिए। शायर के लिए बस इतना ही काफी है पैगंबर न सही साहिब इल्हाम तो है। साहिब
रब जानता है जिले बरेड़ी टपिया एक इलहाम होया इलहामी तौर से एक अमानत मिली भाई एक अच्छी जिदाद देनी है वो अमानत बन दे हुआ वसूल कर सो एक अमानत बोझ कि ये बड़ी खुली जी अमानत है ऐसा तुम हाथ नाल वसूल करनी है जिन्हें बैठे हो मेरे कोल मेरे कोल अमानत है बुजुर्ग बैठे हो जवान बैठे हो पढ़े लिखे मेरे कोल अमानत है महादी तेरी नसल तला मैं बड़ा शांत करदा हूं वारी अकबर दी जिथे लाना चाहना सोने बंदियां ते सरदारी और तुसा बुजुर्ग बैठे हो तुसी सूरा यूसुफ किसे वक्त गुलाम हुसैन माची को सुनियो सी और ओदी एडी शरह ना सुनियो सी जेडी शरह हुण चमन पे करदा है सूरा यूसुफ हुण वारी अकबर दी सोणिया बंदियां ते सरदारी अकबर दी लफ्ज़ दे दमला 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 ये पंजाबी दा अखीर लफ्ज़ दे इसदा मैनूं अवार्ड मिलिया यूसुफ दे दमले पए सोना इतना हा हो मिश्री कमले नहीं यूसुफ रहे वैसी यूसुफ जिहड़े जरेज सैकटरी एक बिस्मिल्ला करें दे अंदरू एक करें दे लाण वाली वह तो नहीं कि नहीं अच्छा दोवें सुनने वाली हुण वेख्या है यूसुफ यूसुफ रहे वैसी सोना अकबर है तुहानू मनना पाए वे सुन मनाई कया दिन यूसुफ बहुत सोना मैं आखा अकबर बहुत सोना पूरी तवज्जो भजन इंज खास खास खबर खास तेरी जिंदगी होवे आनो तक बेहल बिल्कुल करीब भखर सारे बिरादरियाँ सारा वसे बेहल कोई बच्चा जमे जो शहर बैठे हो शहरी समझने वाले तो कच्ची तो बढ़ के कौन समझे ये तो कई बंदे टुर गए उस बच्चे ने डिठा वापस आए इन्ना पूछिया की हो गया जे कहीं ते गया है तो उन्हें आखना जी मामे ते गया नाने ते गया है जे किसी तो शक्ल नहीं तो अक्सर यार किसी ते नहीं अपनी शक्ल आप लैके आया है इंजे ना जी इंजे ना के याद है यूसुफ हुसैन यूसुफ ते अकबर दा हाल बराबर नहीं हुण विखे अपने वांगू है ते अकबर नाने वांगू है और यार तेरे हाथ सलामत हो ऐ यूसुफ अपने वांगू है सोना है मोहम्मद नाल बरा नहीं जिंदगी का पता नहीं मुआफी मांग के की पता है कदम चलिए थे अगले कदम चल भी नहीं सकी वे रब जानता मैं सिर्फ तुसा वास्ते
ਇਹ ਦੋਸ਼ੇ ਲਾ ਰਿਹਾ। ਉੱਥੋਂ ਕਮਲੀ ਹੋ ਗਈ, ਉੱਥੋਂ ਕਮਲੀ ਤੇ ਪਾਗਲ ਹੋ ਗਈ। ਕਿਉਂ ਮੈਂ ਕਮਲੀ? ਉਹਦਾ ਅੱਤਾ ਹੀ ਨਹੀਂ ਮਲੂਮ, ਉਹਦਾ ਪੱਤਾ ਹੀ ਨਹੀਂ ਮਲੂਮ। ਉਹਦਾ ਕਿ ਮੈਂ ਤੁਹਾਡੀ ਗੱਲ ਸਮਝ ਗਈ ਹਾਂ, ਮੈਂ ਕਮਲੀ ਨਹੀਂ, ਜਿਹੜਾ ਮੈਨੂੰ ਆਖੇ ਉਹ ਕਮਲਾ। ਕਮਲਾ ਆਖੇ ਉਹ ਕਮਲਾ। ਲਓ ਮੇਰਾ ਖਾਣਾ ਕਬੂਲ ਕਰੋ, ਤੁਸੀਂ ਦਸਤਰਖਾਨ 'ਤੇ ਆਉਣਾ ਹੈ, ਮੈਂ ਤੁਹਾਡੇ ਹੱਥ 'ਚ ਛੁਰੀਆਂ ਦੇਣੀਆਂ, ਲਿੰਬੂ ਦੇਣਾ। ਹੁਣ ਸਮਝ ਆ ਗਈ? ਅਤੇ ਆਪਣਾ ਯੂਸਫ ਤੁਹਾਡੇ ਅੱਗੋਂ ਗੁਜ਼ਾਰਨਾ, ਮੈਂ ਆਖਣਾ ਏਕ ਦੋ ਤੀਹ, ਤੁਸੀਂ ਲਿੰਬੂ ਵੀ ਕੱਟਣਾ ਹੈ ਅਤੇ ਯੂਸਫ ਦਾ ਵੀ ਵੇਖਣਾ ਹੈ। ਜੇ ਤੁਸੀਂ ਲਿੰਬੂ ਕੱਟ ਲਿਆ ਤਾਂ ਮੇਰੀਆਂ ਮਾਵਾਂ ਹੋ ਗਈਆਂ। ਪੂਰਾ ਕੁਰਾਨ ਹੁਣ ਸ਼ੇਰ 'ਚ ਪਿਆਂਦਾ ਹੈ। ਦਸਤਰਖਾਨ ਸ਼ਾਹ ਜੀ ਲੱਗ ਗਏ, ਮੁਹੰਮਦ ਨਾਲ ਬਰਾਬਰ ਨਹੀਂ, ਕਿਸੇ ਵੀ ਹਾਲ ਬਰਾਬਰ ਨਹੀਂ, ਮੁਹੰਮਦ ਨਾਲ ਬਰਾਬਰ ਨਹੀਂ, ਕਿਸੇ ਵੀ ਹਾਲ ਬਰਾਬਰ ਨਹੀਂ। ਲਓ ਜੀ ਖਾਣੇ ਲੱਗ ਗਏ, ਇੱਕ ਦੋ ਤੀਨ ਹੀ ਹੋ ਗਿਆ ਤੇ ਹੋਇਆ ਕੀ? ਵੇਖਣ ਪਈਆਂ ਵੱਧ ਵੱਧ ਕੇ ਲਿੰਬੂ ਛੁਰੀਆਂ, ਹੱਥਾਂ ਵਿੱਚ ਫੱਟ ਕੇ ਵੇਖਣ ਪਈਆਂ ਵੱਧ ਵੱਧ ਕੇ ਲਿੰਬੂ ਛੁਰੀਆਂ, ਹੱਥਾਂ ਵਿੱਚ ਫੱਟ ਕੇ ਨਜ਼ਰਾਂ ਪਈਆਂ ਜਾ ਯੂਸਫ ਤੇ ਵਾਪਸ ਗਈਆਂ। ਉਂਗਲੀਆਂ ਵੱਧ ਕੇ ਤਵਜੋ ਜਾ ਯੂਸਫ ਤੇ ਵਾਪਸ, ਕਿਉਂ ਯੂਸਫ ਸੋਹਣਾ ਹੀ ਰਿਹਾ, ਉਹਨਾਂ ਨਾਲ ਹੋਣਾ ਹੀ ਰਿਹਾ। ਉਧਰ ਅੱਗੂ ਵੇਖਣਾ, ਅੱਗੂ ਵੇਖਣਾ ਹੈ ਸ਼ਾਹ ਜੀ, ਅੱਗੂ ਵੇਖਣਾ। ਉਹ ਯੂਸਫ ਸੋਹਣਾ ਹੀ ਸਮਝਾ ਸਕਾ, ਯੂਸਫ ਸੋਹਣ ਮਗਰ ਸਾਡੇ ਨਬੀ ਸੋਹਣ ਤੇ ਯੂਸਫ ਵਾਲ ਬਰਾਬਰ ਨੇ। ਇੱਕ ਵਾਰੀ ਸੱਜੇ ਡਿੱਠਾ ਸੀ, ਇੱਕ ਵਾਰੀ ਖੱਬੇ ਡਿੱਠਾ ਸੀ। ਇਹ ਵੀ ਹੁਕਮ ਹੈ। ਇੱਕ ਵਾਰੀ ਕੌਮ ਦੀਆਂ ਪਹਾੜੀਆਂ ਨੂੰ ਡਿੱਠਾ ਸੀ, ਇਸ ਗਰੀਬ ਦੀ ਇਸੇ ਚੰਨ 'ਚ ਵਿਲਾਦਤ ਵੀ ਹੈ ਔਰ ਇਸੇ ਚੰਨ 'ਚ ਸ਼ਹਾਦਤ ਵੀ ਹੈ। ਬਿਸਮਿਲ੍ਲਾ ਕਰ ਸ਼ਾਹ ਜੀ। ਮੈਂ ਬਹੁ ਪਹਿਲੇ ਉਸ ਵੇਲੇ ਨੈੱਟ ਦਾ ਰਿਵਾਜ ਹੀ ਨਾ, ਕਈ ਇੱਕਾ ਦੁੱਕਾ ਟੇਪ ਲੱਭਦੀ ਆਈ, ਮੈਂ ਇੱਥਾਂ ਹੀ ਨੌ ਤੱਕ 'ਚ ਵੱਧ ਪੜਿਆ। ਕੌਮ ਦੀਆਂ ਪਹਾੜੀਆਂ ਦੇ ਵੇਖ ਕੇ ਆਖਦਾ, ਤੂੰ ਵੀ ਆਉਂਦੀ ਪਈ ਅਤੇ ਬਚਦਾ ਮੈਂ ਵੀ ਨਹੀਂ। ਯਾਰ ਕਿਆ ਬਾਤ ਹੈ ਤੁਹਾਡੀ, ਕਿਆ ਬਾਤ। ਲੱਖ ਵਾਰੀ ਅੱਖ ਮੈਂ, ਕਰੋੜ ਵਾਰੀ ਅੱਖ, ਯਾਰ ਕਿਆ ਬਾਤ ਹੈ ਤੁਹਾਡੀ, ਤੂੰ ਹੀ ਆਉਂਦੀ ਪਈ ਬਚਦਾ ਮੈਂ ਵੀ ਨਹੀਂ। ਅਬੂ ਸਲਾਹ ਦਾਦਾ ਮੈਂ ਕੋਲ ਬੈਠਾ, ਮੈਂ ਕਿ ਮੌਲਾ ਇਹ ਜ਼ਹਿਰ ਦਾ ਅਸਰ ਹੈ ਜਾਂ ਕਿਸੇ ਨਾਲ ਗੱਲ ਪੈ ਕਰਦੇ ਹੋ? ਓਏ ਹੋਏ ਸੈਦ ਦਾਦਾ ਜੀ, ਇਹ ਪੁੱਛਣਾ ਹੀ ਨਾ ਜਾ। ਉਹ ਇਸ ਸ਼ਹਿਰ ਦੇ ਮੁੱਕਦੇ ਕੋਨੇ 'ਤੇ ਅਰਸਮਾ ਦਾ ਘਰ ਹੈ ਔਰ ਸਾਡਾ ਪੀਰ ਸਾਗਰ ਸ਼ਾਹ ਜੀ, ਪੀਰ ਉਲਫਤ ਸ਼ਾਹ ਜੀ, ਹੋਰ ਸੈਦ ਗੈਰ ਸੈਦ ਬੈਠੇ ਹੋ। ਇਹ ਸਾਹਿਬ ਨਾਸਖਾਂ ਨੇ ਲਿਖਿਆ ਹੈ ਵੀ ਜਿੱਥੋਂ ਇਮਾਮ ਕੋਲ ਟੁਰਦਾ ਪਿਆ ਨਾ,
ਅਰਸਮਾ ਦੇ ਘਰ ਤੱਕ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਦਾ ਸਫ਼ਰ ਆ ਜਿਹੜਾ ਇਸ 2 ਘੰਟੇ 'ਚ ਅਬੂਰ ਕੀਤਾ। ਉਹਦੀ ਵਜ੍ਹਾ ਕੀ ਹੈ? ਜੋ ਮੌਸਮ ਇਤਨਾ ਖਰਾਬ, ਅਰਸਮਾ ਦੇ ਬੂਹੇ 'ਤੇ ਗਿਆ, ਇਹ ਸਾਡੇ ਸੋ ਅਰਸਮਾ ਉਹ ਉਧਰੋਂ ਛੱਡ ਕੇ ਆਉਂਦਾ, ਮਿਲ ਗਈ ਹੈ ਗਰੀਬ ਨੂੰ ਜ਼ਹਿਰ। ਅਜਰਕੁਮ ਅੱਲਾ ਯਾਰ, ਕਿਆ ਬਾਤ ਹੈ, ਕੈਸੀ ਰਮਜ਼ੀ ਅਦਾਕੀ ਸੁਣਨ ਦਾ ਆਦਿ ਬੈਠਾ ਹੈ। ਮੌਲਾ ਜ਼ਿੰਦਗੀ ਕਰੀ, ਤੂੰ ਜਿਵੇਂ ਪਿਆ ਤੂੰ ਵਸੇ ਪਿਆ, ਜਿਹਦੇ ਆਖਿਰ ਮੈਂ ਮਿਲ ਗਈ ਹੈ ਗਰੀਬ ਨੂੰ ਜ਼ਹਿਰ। ਮੁਸਲਾ ਦਾਦਾ ਤੈਨੂੰ ਕਹਿ ਦੱਸਿਆ, ਉਹਦਾ ਕਹਿ ਵੇਲੇ ਦਾ ਉਹਦੀ ਦਾਦੀ ਦੱਸ ਗਈ ਹੈ, ਅਲਮਾਨ ਉਹਦੀ ਦਾਦੀ ਦੱਸ ਗਈ, ਤੇ ਤੂੰ ਅਜੇ ਤੁਹਾਡੀ ਗਰੀਬ ਤੇ ਪਹੁੰਚਿਆ ਹੀ ਨਹੀਂ। ਉਸ ਕਿਹਾ ਮੈਂ ਵੇਦਾ ਪਿਆ ਮੌਸਮ ਠੀਕ ਹੋ ਲੈ। ਇੱਥੇ ਹੁਣ ਅਬੂ ਸਲਤ ਸ਼ਾਹ ਜੀ ਰੋ ਪਿਆ ਹੈ, ਪਰ ਸਮਝਾ ਰੋਣਾ ਕਿਉਂ ਹੈ? ਉਸ ਕਿ ਜਿਸ ਮੌਸਮ ਦੀ ਤੂੰ ਪਿਆ ਕਰਦਾ, ਇਸ ਮੌਸਮ ਦੀ ਮੈਂ ਵੀ ਕੀਤੀ ਆਈ, ਤੇ ਮੈਂ ਮੌਸਮ 'ਤੇ ਰੋਸ਼ਨੀ ਪਾਈ ਆਈ। ਰੋਣਾ ਇੰਝ ਜਿਵੇਂ ਪੱਖੀ ਨੂੰ ਗਸ ਲੱਗਦਾ ਹੈ, ਜਿਹੜੀ ਉਜ਼ਾਰ ਮਿਲੀ ਹੋਈ ਆ ਸੁਣਾ, ਇਸ ਤੋਂ ਵੀ ਜ਼ਿਆਦਾ ਕਈ ਤਕਲੀਫ ਹੋਈ। ਅਰਸਮਾ ਮੈਨੂੰ ਮਲੂਮ ਹੁੰਦਾ, ਜਿਵੇਂ ਕੌਮਦੀਆਂ ਪਹਾੜੀਆਂ ਤੋਂ ਵੇਦਾ ਹਨ, ਮੈਨੂੰ ਮਲੂਮ ਹੁੰਦਾ ਕੋਈ ਇਹੋ ਜਿਹੇ ਮੌਸਮ ਦੇ ਵਿੱਚ ਕਈ ਪਿਆਰੀ ਸੰਗਤ ਇਸ, ਅਤੇ ਸੰਗਤ ਹੀ ਮਰਦ ਵਾਲੀ ਨਹੀਂ ਮਸਤੂਰ ਵਾਲੀ ਹੈ। ਸ਼ਾਹ ਜੀ ਵਾਪਸ ਆ ਗਏ, ਏਰੀਏ ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਵੈਣ ਇਹ ਮੈਂ ਪੜਿਆ, ਹੁਣ ਪਾਕਿਸਤਾਨ ਦਾ ਹਰ ਜ਼ਾਕਰ ਪੜ ਰਿਹਾ। ਇਹ ਵਾਪਸ ਆ ਗਏ, ਇਹਨਾਂ ਕਦਮਾਂ 'ਤੇ ਹੱਥ ਰੱਖੇ, ਆਦਾ ਮੌਲਾ ਨਾਰਾਜ਼ ਹੋ ਸੋ ਦੇਰ ਹੋ ਗਈ ਹੈ, ਮੌਲਾ ਮੌਸਮ ਖਰਾਬ ਆਈ, ਬਿਜਲੀ ਚਮਕਦੀ ਆਈ, ਜੰਗਲੀ ਜਾਨਵਰ ਦੀਆਂ ਚੀਖਾਂ ਨਿਕਲਦੀਆਂ, ਕੱਚੀ ਵਾਲੀ ਤੁਹਾਡੀ ਜ਼ਿੰਦਗੀ ਹੋਵੇ, ਹਰ ਅੱਖ 'ਚ ਹੰਝ ਆ ਗਈ ਹੈ, ਵਹਿਣ ਮੈਂ ਸ਼ਾਇਦ ਇਹੋ ਹੀ ਘੁੱਪੜਾ। ਅੱਲਾ ਜਾਣਾ ਰਜ਼ਾ ਸੁਣਦਾ ਹੈ ਤੇ ਰੋਂਦਾ ਹੈ, ਮੌਲਾ ਮੈਂ ਮੌਸਮ ਦਾ ਆਖਿਆ ਤੂੰ ਰੋਂਦਾ ਕਿਉਂ, ਨਹੀਂ ਬੋਲਿਆ ਰਜ਼ਾ ਪੇਰਾਂ ਦੇ ਅਦਰਾ ਗਿਆ ਦਾ, ਮੌਲਾ ਦੱਸਾ ਮੈਂ ਮੌਸਮ ਤੇ ਰੋਸ਼ਨੀ ਪੈਣਾ ਤੂੰ ਰੋਂਦਾ ਕਿਉਂ। ਉਸਨੇ ਅਬੂ ਸੱਲਾ ਦੋਵੇ ਕਿ ਰੋ ਕਿਆ ਦਾ, ਤੁਸਾਂ ਸ਼ਹਿਰ ਦਾ ਬੰਦ ਹੋਏ ਬਾਜ਼ਾਰ ਦੇ ਵਿੱਚੋਂ, ਓਏ ਕੀਤਾ ਮੁਸ਼ਕਲ ਨਾ, ਓਏ ਅਬੂ ਰੇ ਮੈਂ ਜਾਣਦਾ ਹਾਂ ਅਜਾ ਭੈਣ ਮਰੀ, ਹੱਥ ਕਿਉਂ ਬਣਦੇ ਹੋ ਯਾਰ, ਕਿਆ ਬਾਤ ਹੈ ਤੁਹਾਡੀ, ਤੁਸੀਂ ਸ਼ਹਿਰ ਦਾ ਪੰਡ ਬਾਜ਼ਾਰ ਕੀਤਾ ਮੁਸ਼ਕਿਲ ਨਾ, ਮੌਲਾ ਰੋਂਦਾ ਕਿਉਂ? ਮੌਲਾ ਦੇ ਦੇਖੋ, ਮੌਲਾ ਹੱਥ ਹਟਾ ਕਿਉਂ? ਇੱਕ ਮਜ਼ਦੂਰ ਏ, ਕੁੰਮਦੀਆਂ ਪਹਾੜੀਆਂ ਪਰਦਾਦਾਰ ਨਾਕਾ ਤੇ ਸਵਾਰ, ਇਸ ਨਾਲ ਜ਼ਿਆਦਾ ਮੌਸਮ ਖਰਾਬ, ਜਲ ਤਿੱਖਾ ਹਵਾ ਦਾ ਝੋਂਕਾ ਆਉਂਦਾ,
ਇੱਕ ਹੱਥ ਕੱਚਾ ਵਿੱਚ ਪੈਂਦੀ ਏ ਇੱਕ ਹੱਥ ਇੱਧਰ ਵਧਾ ਕੇ ਆਦੀ ਅੱਜ ਕੋਈ ਵੰਗ ਕੇ ਪਾਲਾਂ ਦੇ ਓਏ ਮੱਡ ਗਈ ਰਹੀ ਮਾਮ ਰਦਾ ਓਏ ਤੇਰੀ ਭੈਣੂ ਮਸਾ बर्दाश्त चढ़ाई जल आगे मत कोई पक्षी वेख लै मत कोई पक्षी वेख लै जल त्रै बारी आगे मत कोई पक्षी वेख लै इन पहाड़ी के दामन बतूल की कूक आए इन ही सफरा रोल गई है भैन हूं सुन सो ओ कुछ फिकर न कर ए जंगल है ओ इथे कोई नहीं भीड़ सिपाही ओ जेड़ी बिच बाजा आप ही पढ़िया शाह जी तुसा ही पढ़िया बारवा प्यादा मेरा सलाम उस दादी ते जेड़ी पहाड़ा ते टुरदी गई ते पैरा दे निशान छोड़ दी गई निशान लगते रेत लगते ने मिट्टी ते खुदा जाना नवे मील की चढ़ाई सवारी मर गई आई नवे दी लहाई पीरां ते छाले छाले पिसते गए निशान लगते गए आ गई रात दाई दी मैं पहरा देसा कोई ना तैन पता है इंसाफ साढ़े घरों तकसीम होता है अद्धा पारा तय देवना अद्धा मैं देवना है शाह जी पहला पारा बन गया दाई दा दाई दी ठशे सैन शेर प्यादा है घबरा नहीं ये साडा पारा वदा देंदा है ते आज ये शेर मर वजना है टकरा मार के मर गया शेर साईं कोई घोड़े सवार इस वाइन के तो मातम होते सामने लगी वाइन ओनू वाक साढ़े को लुटन वाली कश है नहीं एक मुसल्ला एक लोटा है न खड़ी तो ओनू आखिर रदाओ दी भेड़े नहीं खड़ो था घोड़े सवार जब वह छत पा क्या दिए तेन पता नहीं रदाओ दी भेड़े आदा ओ रला दी भैन पराया मैं भी कोई नहीं हूँ पत्थर दे जिगरे संभाले दाइया दे जंगल च असाडा कौन तू जवाना पराया मैं भी कोई नहीं कोच च मत्था मार गया दा मैं चौदा साल कैदी हवा ओए ए मैं मजलूम दी थी